ਆਸਟ੍ਰੇਲੀਆ ਨੇ ਅਪ੍ਰੈਲ ਵਿੱਚ ਐਲਾਨੇ ਵੀਜ਼ਾ ਨਿਯਮਾਂ 'ਚ ਬਦਲਾਅ ਨੂੰ 1 ਜੁਲਾਈ ਤੋਂ ਲਾਗੂ ਕਰ ਦਿੱਤਾ ਇਨ੍ਹਾਂ ਨਿਯਮਾਂ ਦੇ ਵਿੱਚ ਮਈ 'ਚ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਹੋਏ ਦੁਬੱਲੇ ਸਮਝੌਤੇ ਨੂੰ ਵੀ ਧਿਆਨ 'ਚ ਰੱਖਿਆ ਗਿਆ ਇਸ ਤਹਿਤ ਮੋਬਿਲਿਟੀ ਅਰੇਂਜਮੈਂਟ ਫਾਰ ਟੈਲੈਂਟਡ अर्ਲੀ ਪ੍ਰੋਫੈਸ਼ਨਲ ਸਕੀਮ ਦੇ ਤਹਿਤ ਭਾਰਤੀ ਵਿਦਿਆਰਥੀਆਂ ਨੂੰ 8 ਸਾਲ ਤੱਕ ਆਸਟ੍ਰੇਲੀਆ ਵਿੱਚ ਬਿਨਾਂ ਵੀਜ਼ਾ ਦੇ ਕੰਮ ਕਰਨ ਦਾ ਵਿਕਲਪ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਭਾਰਤੀ ਵਿਦਿਆਰਥੀ ਵੀਜ਼ਾ ਸਪੌਂਸਰ ਤੋਂ ਬਿਨਾਂ ਵੀ ਆਸਟ੍ਰੇਲੀਆ ਵਿੱਚ 2 ਸਾਲ ਵਿਤਾ ਸਕਣਗੇ ਇਸ ਨਿਯਮ ਦਾ ਮਕਸਦ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪ੍ਰਤੀ ਗ ਬਣਾਉਣਾ ਹੈ ਐਮਈਟੀਐਸ ਮੂਲ ਰੂਪ ਦੇ ਵਿੱਚ ਇੱਕ ਅਸਥਾਈ ਵੀਜ਼ਾ ਪ੍ਰੋਗਰਾਮ ਹੈ ਜੋ ਕਿ ਇੰਜੀਨੀਅਰਿੰਗ ਮਾਈਨਿੰਗ ਵਿੱਤੀ ਟੈਕਨੋਲੋਜੀ ਨਕਲੀ ਬੁੱਧੀ ਸੂਚਨਾ ਅਤੇ ਸੰਚਾਰ ਟੈਕਨੋਲੋਜੀ ਖੇਤੀਬਾੜੀ ਟੈਕਨੋਲੋਜੀ ਨਵਯੋਗ ਯੋਗ ਊਰਜਾ ਵਰਗੇ ਖੇਤਰਾਂ ਚ ਗ੍ਰੈਜੂਏਟਸ ਨੂੰ ਆਸਟ੍ਰੇਲੀਆ ਚ ਕੰਮ ਕਰਨ ਦੇ ਲਈ ਉਤਸ਼ਾਹਿਤ ਕਰਦਾ ਹੈ